ਤਮਾਕਾਖੇਜ਼ ਸਮੱਗਰੀ ਰੱਖਣ ਤੇ ਗੈਰ ਕਾਨੂੰਨੀ ਗਤੀਵਿਧੀਆਂ ਦੇ ਮਾਮਲੇ ਵਿੱਚੋਂ ਭਾਈ ਤਾਰਾ ਅਤੇ ਅਮਰਜੀਤ ਸਿੰਘ ਬਰੀ। ਬੰਬ ਬਣਾਉਣ ਲਈ ਤਮਾਕਾਖੇਜ਼ ਸਮੱਗਰੀ ਰੱਖਣ, ਗੈਰ ਕਾਨੂੰਨੀ ਗਤੀਵਿਧੀਆਂ ਕਰਨ ਅਤੇ ਨਾਜਾਇਜ਼ ਅਸਲਾ ਰੱਖਣ ਦੇ ਦੋਸ਼ਾਂ ਵਿੱਚੋਂ ਬਠਿੰਡਾ ਦੇ ਵਧੀਕ ਸੈਸ਼ਨ ਜੱਜ ਕੇ ਐਸ ਬਾਜਵਾ ਦੀ ਅਦਾਲਤ ਨੇ ਭਾਈ ਜਗਤਾਰ ਸਿੰਘ ਤਾਰਾ ਅਤੇ ਅਮਰਜੀਤ ਸਿੰਘ ਨੂੰ ਬਾਇਜ਼ਿੱਤ ਬਰੀ ਕਰਨ ਦੇ ਹੁਕਮ ਸੁਣਾਏ, ਜਦੋਂ ਕਿ ਰਮਨਦੀਪ ਸਿੰਘ ਨੂੰ ਨਾਜਾਇਜ਼ ਪਿਸਤੌਲ ਰੱਖਣ ਦੇ ਦੋਸ਼ਾਂ ਵਿੱਚ ਅਸਲਾ ਐਕਟ ਤਹਿਤ 1 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਵੱਲੋਂ ਦਿੱਤੇ ਫੈਸਲੇ ਪਿੱਛੋਂ ਭਾਈ ਤਾਰਾ, ਸੰਨੀ ਅਤੇ ਅਮਰਜੀਤ ਦੇ ਸੀਨੀਅਰ ਵਕੀਲ ਹਰਪਾਲ ਸਿੰਘ ਖਾਰਾ ਨੇ ਜਾਣਕਾਰੀ ਦਿੱਤੀ। ਬਠਿੰਡਾ ਤੋਂ ਅਜੀਤ ਵੈਬ ਟੀਵੀ ਲਈ ਨਾਇਬ ਸਿੰਘ ਸਿੱਧੂ ਦੀ ਰਿਪੋਰਟ। ਇਸ ਦੇ ਵਿੱਚ 2014 ਦੇ ਨਵੰਬਰ ਦੇ ਵਿੱਚ ਰਮਨਦੀਪ ਸੰਨੀ 'ਤੇ ਇੱਕ ਪਰਚਾ ਦਰਜ ਕੀਤਾ ਗਿਆ ਕਿ ਇਸ ਦੇ ਜਿਹੜੇ ਖਾਲਿਸਤਾਨ ਬੱਬਰ ਖਾਲਸਾ ਆਪਣੇ ਜਗਤਾਰ ਸਿੰਘ ਤਾਰਾ ਨਾਲ ਇਹਦੇ ਸੰਬੰਧ ਨੇ ਅਤੇ ਫੋਰਨ ਮਲੇਸ਼ੀਆ ਜਾ ਕੇ ਇਸ ਨੇ ਟ੍ਰੇਨਿੰਗ ਲਈ ਸੀ ਇੱਥੇ ਭੰਨ ਤੋੜ ਕਰਨ ਦੀ ਇੰਡੀਆ ਦੇ ਵਿੱਚ, ਅਤੇ ਉਸ 'ਤੇ ਪਰਚਾ ਦਰਜ ਹੋਇਆ। ਉਸ ਤੋਂ ਅੱਗੇ ਇਹਨਾਂ ਨੇ ਜਗਤਾਰ ਸਿੰਘ ਤਾਰੇ ਨੂੰ ਰਿਮਾਂਡ 'ਤੇ ਲਿਆਂਦਾ ਨਵੰਬਰ ਦੇ ਫਰਵਰੀ 2015 ਦੇ ਵਿੱਚ। ਉਸ ਦੇ ਨਾਲ ਹੀ ਇਹਨਾਂ ਨੇ ਅਮਰਜੀਤ ਸਿੰਘ ਨੂੰ ਇਸ ਕੇਸ 'ਚ ਇਨਵੋਲਵ ਕੀਤਾ, ਤਾਂ ਜਦੋਂ ਕੋਰਟ ਦੇ ਵਿੱਚ ਆਪਣੇ IO ਦਾ ਕ੍ਰੋਸ ਐਗਜ਼ਾਮੀਨੇਸ਼ਨ ਹੋਇਆ ਤਾਂ ਉਸਨੇ ਫਸਟ ਮੈਨ ਨੂੰ ਇੱਕੋ ਕੁਐਸਚਨ ਪੁੱਟ ਕੀਤਾ ਕਿ ਜਗਤਾਰ ਸਿੰਘ ਤਾਰਾ ਦੇ ਤੁਹਾਡੀ ਇਨਵੈਸਟੀਗੇਸ਼ਨ ਦੇ ਮੁਤਾਬਕ ਰਮਨਦੀਪ ਸੰਨੀ ਦੇ ਨਾਲ ਕੋਈ ਰਿਲੇਸ਼ਨ ਹੈ ਨੇ। ਉਹ ਐਡਮਿਟ ਕਰ ਗਿਆ ਕਿ ਇਹਦੇ ਕੋਈ ਰਿਲੇਸ਼ਨ ਨਹੀਂ, ਕਦੇ ਇਹ ਮਿਲਿਆ ਨਹੀਂ, ਨਾ ਹੀ ਅਸੀਂ ਜਗਤਾਰ ਸਿੰਘ ਤਾਰਾ ਤੋਂ ਕੋਈ ਚੀਜ਼ ਰਿਕਵਰ ਕੀਤੀ ਹੈ, ਅਤੇ ਨਾ ਹੀ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਕਿ ਜਗਤਾਰ ਸਿੰਘ ਤਾਰਾ ਬੜੈਲ ਜੇਲ੍ਹ ਦੀ ਬ੍ਰੇਕਿੰਗ ਤੋਂ ਬਾਅਦ ਕਿਤੇ ਵੀ ਇਹ ਇੰਡੀਆ 'ਚ ਆਇਆ ਹੋਵੇ, ਅਤੇ ਆਪ ਐਡਮਿਟ ਵੀ ਕਰ ਗਿਆ ਕਿ ਜਗਤਾਰ ਸਿੰਘ ਤਾਰੇ ਦੇ ਕਿਸੇ ਨਾਲ ਕਿਤੇ ਕੋਈ ਰਿਲੇਸ਼ਨ ਨਹੀਂ। ਇੱਥੇ ਅਮਰਜੀਤ ਸਿੰਘ ਬਾਰੇ ਮੈਂ ਫਿਰ ਸਵਾਲ ਨੂੰ ਪੁੱਟ ਕੀਤਾ ਕਿ ਅਮਰਜੀਤ ਸਿੰਘ, ਕਹਿੰਦਾ ਅਮਰਜੀਤ ਸਿੰਘ ਦੇ ਵੀ ਕਿਸੇ ਨਾਲ ਕੋਈ ਰਿਲੇਸ਼ਨ ਨਹੀਂ, ਅਮਰਜੀਤ ਦੇ ਨਾਂ ਤਾਂ ਜਗਤਾਰ ਤਾਰੇ ਨਾਲ ਰਿਲੇਸ਼ਨ ਨੇ, ਅਤੇ ਅਮਰਜੀਤ ਸਿੰਘ ਦੇ ਰਮਨਦੀਪ ਸੰਨੀ ਨਾਲ ਵੀ ਕੋਈ ਰਿਲੇਸ਼ਨ। ਸਿਰਫ 5495 ਰੁਪਏ ਜਿਹੜੇ ਅਮਰਜੀਤ ਸਿੰਘ ਨੇ ਲਿਬਨਾਨ ਦੇ ਵਿੱਚੋਂ ਇਹਨਾਂ ਦੇ ਅਕਾਊਂਟ 'ਚ ਪਾਏ ਨੇ, ਇਹਨਾਂ ਨੇ ਕਿਹਾ ਕਿ ਭੰਨ ਤੋੜ ਲਈ ਜਾਂ ਖਾਲਿਸਤਾਨ ਬਣਾਉਣ ਲਈ ਬਣਾਏ ਨੇ ਪਾਏ ਨੇ, ਉਹ ਵੀ ਅਪਰੂਵ ਨਹੀਂ ਕਰ ਸਕੇ। ਆਪਦੀ ਇਨਵੈਸਟੀਗੇਸ਼ਨ 'ਚ ਇਹਨਾਂ ਨੇ ਇੱਕ ਬੱਬਰ ਖਾਲਸਾ ਦਾ ਲਿਟਰੇਚਰ ਜਿਹੜਾ ਸੀ ਇਹਨਾਂ ਨੇ ਇੱਕ ਡਾਕੂਮੈਂਟ ਫਾਈਲ 'ਤੇ ਲਾਇਆ, ਪਰ ਉਹ ਡਾਕੂਮੈਂਟ ਸੀ ਜਿਹੜਾ ਉਹ ਫੋਟੋਸਟੇਟ ਸੀ, ਉਹ ਵੀ ਐਡਮਿਸੀਬਲ ਹੈ ਨਹੀਂ ਕੋਰਟ ਦੇ ਅੰਦਰ, ਉਹ ਮੰਨਿਆ ਨਹੀਂ ਗਿਆ। ਦੂਸਰਾ ਇਹਨਾਂ ਨੇ ਇੱਕ ਉਹਦੀ ਫੇਕ ਫੇਸਬੁੱਕ ਜਿਹੜੀ IDਸੀ ਉਹ ਇਹਨਾਂ ਨੇ ਅਪਰੂਵ ਕੀਤੀ ਸੰਨੀ ਦੀ ਕਿ ਉਸ 'ਤੇ ਲਾਇਆ ਨੂੰ ਕਿ ਠੀਕ ਹੈ ਜੀ ਇਹਦੇ ਰਿਲੇਸ਼ਨ ਸੀ ਦੂਜੇ ਜਥੇਬੰਦੀਆਂ ਨਾਲ, ਪਰ ਉਹ ਵੀ ਕਿਸੇ ਵੀ ਐਕਸਪਰਟ ਦਾ ਓਪੀਨੀਅਨ ਨਹੀਂ ਆਇਆ। ਤੀਜਾ ਇਹਨਾਂ ਨੇ ਇੱਕ ਹੋਰ ਕੰਮ ਕੀਤਾ ਕਿ ਇਸ 'ਚ ਉਹਨਾਂ ਨੇ ਪਾਊਡਰ ਦਿਖਾਇਆ ਕਿ ਰਮਨਦੀਪ ਸੰਨੀ ਤੋਂ ਪਾਊਡਰ ਬਰਾਮਦ ਹੋਇਆ ਸੀ ਜਿਹੜਾ ਬੰਬ ਬਲਾਸਟ ਕਰਨ ਲਈ ਕੀਤਾ ਗਿਆ ਸੀ, ਪਰ ਉਹ ਵੀ ਇਹਨਾਂ ਨੇ FSL ਦੇ ਵਿੱਚ ਕਿਸੇ ਵੀ ਤੋਂ ਐਕਸਪਰਟ ਦਾ ਓਪੀਨੀਅਨ ਨਹੀਂ ਲਿਆ, ਉਹ ਵੀ ਪ੍ਰੂਵ ਨਹੀਂ ਕਰ ਸਕੇ। ਸੋ ਸਾਰੇ ਹਾਲਾਤਾਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਇਹ ਕੋਈ ਚੀਜ਼, ਕੋਈ ਸਿੰਗਲ ਵੀ ਚੀਜ਼ ਇਹ ਪ੍ਰੂਵ ਨਹੀਂ ਕਰ ਸਕੇ, ਨਾ ਜਗਤਾਰ ਤਾਰੇ ਦੇ ਖਿਲਾਫ਼, ਨਾ ਇਸ ਦੇ ਅਮਰਜੀਤ ਦੇ ਖਿਲਾਫ਼, ਅਤੇ ਰਮਨਦੀਪ ਸੰਨੀ ਦੇ ਖਿਲਾਫ਼ ਵੀ ਸਾਰੇ ਸੈਕਸ਼ਨਾਂ ਤੋਂ ਸਰਦਾਰ KS ਬਾਜਵਾ ਐਡੀਸ਼ਨਲ ਸੈਸ਼ਨ ਜੱਜ ਜਿਨ੍ਹਾਂ ਨੇ ਉਹਨੂੰ ਤਿੰਨਾਂ ਨੂੰ ਬਰੀ ਕੀਤਾ, ਇਕੱਲਾ 25 ਆਰਮਜ਼ ਐਕਟ ਦੇ ਵਿੱਚ ਰਮਨਦੀਪ ਸੰਨੀ ਨੂੰ 1 ਸਾਲ ਦੀ ਸਜ਼ਾ ਕੀਤੀ, ਅਤੇ ਮਾਣਯੋਗ ਅਦਾਲਤ ਨੇ ਜਿਹੜਾ ਫੈਸਲਾ ਕੀਤਾ ਬੜਾ ਸਹੀ ਕੀਤਾ। ਸਿਰਫ ਇਹੀ ਸਾਡੀ ਤਾਂ ਪਲੀ ਇਹੀ ਸੀ ਕਿ ਸਿਰਫ ਜਾਣ ਬੁੱਝ ਕੇ ਜਿਹੜੀ ਅਸੀਂ ਡਿਫੈਂਸ ਲਿਆ ਸੀ ਕਿ ਉਸ ਵਕਤ ਦੀ ਅਕਾਲੀ ਸਰਕਾਰ ਨੇ ਜਾਣ ਬੁੱਝ ਕੇ ਸਿੱਖਾਂ ਨੂੰ ਇੱਕ ਅੱਤਵਾਦੀ ਸ਼ੋਅ ਕਰਕੇ ਦੂਜੀ ਕੌਮ ਨੂੰ ਡਰਾਉਣ ਦੀ ਖਾਤਰ ਕਿ ਅਸੀਂ ਬਹੁਤ ਵੱਡਾ ਕੰਮ ਕਰਤਾ, ਇਹਨਾਂ ਤਿੰਨਾਂ ਨੂੰ ਇਨਵੋਲਵ ਕੀਤਾ, ਅਤੇ ਮੈਂ ਤਾਂ ਕਹੂੰਗਾ ਕਿ ਇਹਨਾਂ ਦੀ ਲਾਈਫ ਨਾਲ ਖੇਡਿਆ ਗਿਆ।